ते हाँ जी गाइस कितना सारे हो गए तो वधिया होंगे गाइस मैं आप आज दा लोग फिर तो शुरू कर दे गाइस मी बो पेंदा पे गाइस जाना से किते किसी ने मीट अप करना ही व्लॉगर वो भी हुन पे गए अद्दी हम बाहर गए गाइस मी बो पेंदा पे थाने बैक कैमरा ते हंदे राहुल ने इथे खड़िया गाइस देखो भार्गव छतरी लेके खड़ाया नाले भार्गव दा भरा राहुल देखो इदी से गाइस सारा पानी भरया पे इधर अरे इथे है कुछ नहीं उधर रोडा ते बहुत हम बाहर गए गाइस किस ने अपना गाना शूट करना गेम जिदा सिद्धू मूसेवाले दे आपा जनाजा में चल जाता है भार्गव का भरा कबीर जाना मीटअप कर बलोगर ना इकबाल सिंह बलोक पर मी कर पानी बहुत खड़ा उधरली साइड जिधर असी जाना अस गए नहीं उधरली साइड पानी बहुत उधरली साइड मैं देख दूंगा उधरली कार उधरली साइड हाँ भार्गव खड़ा है इधर हाँ जी सारा गाइस पानी भर है राहुल लेको साइकिल चलाने लगा मी च मैं कहना ना चला ऐसे तो हैप्पी बर्थडे राहुल दा ये दोस्त आ ये नाम है जतिन उदा कच्चा नाम है जग्गा डाकू तू छतरी लेके खड़ा गाइस मी पेंदा पे हल्की हल्की कणियां ही पेंदी कणियां लो जी बर्थडे महाराज बर्थडे बंदे आ गए गाइस ए देखो इन्हें टाइटल देखो कितने ने थप्पड़ लिखते रहे पैने आ ਆਈਸ ਬਾਕੀ ਕੱਲ ਦੇ ਦਿਖਾਇਆ ਸੀ ਆਪਾਂ ਗਾਇਸ ਕੱਲ ਵੀ ਨਹੀਂ ਆਪਾਂ ਲੇਟ ਸ਼ੋਟ ਵੀ ਲੇ ਦਿੱਤਾ ਕਿਉਂਕਿ ਵਲੋਗ ਸ਼ੂਟ ਕੀਤਾ ਸੀ ਤੇ ਗਾਇਸ ਕੱਲ ਕਿੰਨਾ ਪਾਣੀ ਖੜਾ ਸੀ ਉਸ ਜਗ੍ਹਾ ਅੱਜ ਹੋ ਰਹੀ ਬਹੁਤ ਜ਼ਿਆਦਾ ਅਜੇ 4 ਦਿਨ ਲਗਾਤਾਰ ਹੋ ਗਏ ਮੀਂਹ ਪਈ ਜਾਂਦਾ ਲੁਧਿਆਣੇ 'ਚ ਪਈ ਜਾਂਦਾ ਲੁਧਿਆਣਾ ਡੁੱਬ ਜਾਣਾ ਏ ਡੁੱਬ ਜਾਣਾ ਕੀ ਡੁੱਬ ਜਾਣਾ ਲੁਧਿਆਣਾ ਡੁੱਬ ਜਾਣਾ ਏ ਗਾਇਸ ਸਾਡੇ ਗਾਇਸ 8 ਤਰੀਕ ਤੋਂ ਪੇਪਰ ਸ਼ੁਰੂ ਆ ਅਗਸਤ ਦੇ ਗਾਇਸ ਅੱਜ ਹੈਗੀ ਆਪਣੀ 31 ਜੁਲਾਈ ਗਾਇਸ ਆਪਣੇ 1 ਕੱਲ ਜੁਲਾਈ ਹੈ ਤੇ ਗਾਇਸ 8 ਜੁਲਾਈ ਤੋਂ ਆਪਣੇ ਪੇਪਰ ਸ਼ੁਰੂ ਆ ਤੇ ਗਾਇਸ ਮੇਰਾ ਪਹਿਲਾ ਪੇਪਰ ਇੰਗਲਿਸ਼ ਦਾ ਆਪਾਂ ਤੇ ਥੋੜੇ ਬਲੋਗ ਮਾੜੇ ਉੱਦਾਂ ਆਇਆ ਕਰੂੰਗੇ ਆਪਾਂ ਪੜ੍ਹਨਾ ਵੀ ਕਰੂੰਗੇ ਇਹ ਰੀਡਿੰਗ ਲੈਣੀ ਆ ਯਾਦ ਵੀ ਕਰਨਾ ਪੇਪਰ ਇਹ ਦੇਖੋ ਫੇਰ ਬੰਦੇ ਆ ਗਏ ਨਵੇਂ ਦਿਨ ਆਵਾਜ਼ ਮਾਰਦੇ ਆ ਜਾਂ ਆਉਂਦਾ ਉਹ ਬਾਕੀ ਦਾ ਫੋਨ ਦਾ ਤੁਹਾਨੂੰ ਦਿਖਾਇਆ ਸੀ ਕੱਲ੍ਹ ਖਰਾਬ ਹੋ ਗਿਆ ਸੀ ਚੱਲ ਗਿਆ ਸੀ ਗਿਆ ਕੋਡਲੈਸ ਆਈ ਸਕਰੀਨ ਉਹਨੂੰ ਮੈਂ ਕਹਿੰਦਾ ਨਾ ਚੱਲੇਗਾ ਪਬਜੀ ਬੈਨ ਹੋ ਗਈ ਮੈਨੂੰ ਵਧੀਆ ਲੱਗਦਾ ਵਾ ਤੈਨੂੰ ਵਧੀਆ ਲੱਗਦਾ ਵਧੀਆ ਹਾਂ ਜਿਸ ਕਾਰਨ ਵੀ ਪਬਜੀ ਖੇਡਦਾ ਰਹਿੰਦਾ ਇਹਨੂੰ ਮੈਂ ਕਿਹਾ ਮੈਂ ਕਹਿੰਦਾ ਸਾਧਨ ਪਬਜੀ ਦੇ ਇਲਾਵਾ ਕੁਛ ਨਹੀਂ ਕਰਦਾ ਮੈਂ ਸੱਚੀ ਕਹਿੰਦਾ ਕੰਮ ਵੀ ਕਰਦਾ ਪਰ ਸਕੂਲ ਦਾ ਜੇ ਨਵੇਂ ਤਾਂ ਹੁਣ ਸਕੂਲ ਜਾਣ ਲੱਗਾ ਕਿੰਨੇ ਦਿਨ ਹੋ ਗਿਆ ਅੱਗੇ ਹਾਂਜੀ ਗਾਇਸ ਗਾਇਸ ਤੁਹਾਨੂੰ ਪਤਾ ਬਾਹਰ ਬੈਠੀ ਗਾਇਸ ਹੁਣ ਵੱਜ ਗਏ 2 ਵਜੇ ਪਰ 12 ਵਜੇ ਪਹਿਲਾਂ ਵਲੋਗ ਸ਼ੂਟ ਕੀਤਾ ਸੀ 2 ਵਜ ਗਿਆ ਗਾਇਸ ਧੁੱਪ ਆ ਗਈ ਹੁਣ ਵੱਜ ਸਕਦੇ ਗਾਇਸ ਬਾਕੀ ਆਪਾਂ ਸ਼ਾਮ ਜਾਵਾਂਗੇ ਜਿਸ ਕਰਨ ਉਹਨੇ ਕਰੇ ਅਤੇ ਗਾਇਸ ਫੱਕੇ ਸਰ ਕਿੰਨੇ ਥੋੜ੍ਹੇ ਦਿਨ 'ਚ ਆਪਣੇ ਪੇਪਰ ਸ਼ੁਰੂ ਹੋਣ ਵਾਲੇ 8 ਤਰੀਕ ਨੂੰ ਅਤੇ ਗਾਇਸ ਆਪਾਂ ਗਾਇਸ ਕਮੈਂਟ ਕਰਕੇ ਦੱਸਿਓ ਆਪਾਂ ਗਾਣਾ ਕਿੱਦਾਂ ਸ਼ੂਟ ਕਰ ਸਕਦੇ ਹਾਂ ਅਸੀਂ ਇੱਕ ਗਾਣਾ ਕਹਿੰਦਾ ਗਾਣਾ ਨਹੀਂ ਕਹਿੰਦਾ ਇੱਕ ਗਾਣੇ ਦੀ ਵੀਡੀਓ ਬਣਾਉਣੀ ਆ ਕੋਈ ਇੱਦਾਂ ਦਾ ਐਪ ਦੱਸਿਓ ਜਿੱਥੇ ਵੀ ਨਾਲ ਵੀਡੀਓ ਵੀ ਨਾਲ ਚੱਲੇ ਨਾਲ ਗਾਣਾ ਵੀ ਪਲੇ ਹੋਵੇ ਇਸ ਕਮੈਂਟ ਕਰਕੇ ਦੱਸਿਓ ਥੋੜ੍ਹੇ ਦਿਨ ਤੱਕ ਅਸੀਂ ਬਣਾਉਣੀ ਵੀ ਪਤਾ ਨਹੀਂ ਲੱਗ ਪਿਆ ਮੈਂ ਐਪਲੀਕੇਸ਼ਨ ਦੇਖੀ ਪਰ ਵਧੀਆ ਨਹੀਂ ਹੈਗੀ ਜਿਹਦੇ ਨਾਲੇ ਵੀਡੀਓ ਵੀ ਬਣੇ ਨਾਲੇ ਗਾਣਾ ਵੀ ਬਣੇ ਨਾਲੇ ਐਡੀਟਿੰਗ ਵੀ ਹੋਈ ਗਾਣੇ ਦੀ ਜਿੱਦਾਂ ਮੈਂ ਵੀਡੀਓ ਬਣਾਉਂਦਾ ਪਿਆ ਮੇਰੇ ਗਾਣੇ ਦਾ ਸ਼ੂਟ ਚੱਲਦਾ ਪਿਆ ਮੇਰੇ ਵੀਡੀਓ ਦੇ ਉਹ ਚੱਲਦੇ ਪਏ ਸ਼ੂਟ ਉਹਦੇ ਨਾਲ ਗਾਣਾ ਵੀ ਚੱਲੇ ਉਹ ਵਾਲਾ ਐਪਲੀਕੇਸ਼ਨ ਦੱਸੋ ਵਧੀਆ ਹੋਵੇ ਇਸ ਕਮੈਂਟ ਕਰ ਦਿਓ ਪਲੀਜ਼ ਅਤੇ ਗਾਈਸ ਥੋੜ੍ਹੇ ਦਿਨਾਂ 'ਚ ਆਪਾਂ ਦੇਖਦੇ ਹਾਂ ਵਧੀਆ ਵਲੋਗ ਲੈ ਕੇ ਆਉਣੇ ਗਾਈਸ ਆਪਣੇ ਪੇਪਰ ਵੀ ਸ਼ੁਰੂ ਹੋਣੇ ਆ ਪੇਪਰ ਦੀ ਤਿਆਰੀ ਵੀ ਕਰਨੀ ਆ ਅਤੇ ਗਾਈਸ ਹੁਣ ਪੇਪਰ ਥੋੜ੍ਹੇ ਮਾੜੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿੱਦਾਂ ਦੇ ਆਉਂਗੇ ਅਤੇ ਹਾਂਜੀ ਗਾਈਸ ਚੱਲੇ ਸੀ ਜਦੋਂ ਮੈਂ ਕੋਠੇ ਉੱਪਰ ਮੌਸਮ ਬਹੁਤ ਵਧੀਆ ਹੁਣ ਮੀਂਹ ਰੁੱਕ ਗਿਆ ਧੁੱਪ ਹੁਣ ਆ ਗਈ ਆ ਕੱਲ੍ਹ ਦੀ ਆ ਗਈ ਘੰਟੇ 2 ਘੰਟੇ ਹੋ ਗਏ ਹਾਂ 3 ਵੱਜ ਗਏ ਸਾਰੇ ਤੇ ਬੱਲਬ ਚੱਲੀ ਜਾਂਦਾ ਬੰਦ ਕਰਨਾ ਇਹਨੂੰ ਬ੍ਰਾਈਟਨੈਸ ਕਰਕੇ ਬੈਕ ਕੈਮਰਾ ਕਰਕੇ ਦਿਖਾਉਂਦੇ ਹਾਂ ਅਤੇ ਹਾਂਜੀ ਗਾਇਸ ਦੇਖੂਗਾ ਇਹ ਮੌਸਮ ਕਿੱਦਾਂ ਦਾ ਹੋ ਗਿਆ ਕੋਠੇ ਗਿੱਲੇ ਆ ਉਹ ਦੇਖੂਗਾ ਹੁਣ ਮੌਸਮ ਪੂਰਾ ਕਲੀਅਰ ਹੋ ਗਿਆ ਉਹ ਦੇਖੋ ਰਾਹੁਲ ਦੋਸਤ ਜੱਗਾ ਜਤਿਨ ਬਾਕੀ ਗਾਇਸ ਮੌਸਮ ਪੂਰੀ ਧੁੱਪ ਹੋ ਗਈ ਇੱਧਰ ਬਾਕੀ ਅਸੀਂ ਗਾਇਸ ਥੱਲੇ ਜਾ ਕੇ ਮਿਲਦੇ ਹਾਂ ਬਾਹਰ ਬੈਠੇ ਆ ਤੇ ਬਾਹਰ ਗਵਾ ਬੈਠਾ ਤੇ ਦੀਪਕ ਆਇਆ ਪਿਆ ਇਹਨੇ ਲੈ ਕੇ ਸਕੂਲ ਦਾ ਕੰਮ ਲੈ ਸ਼ੰਡਾ ਫਰੈਸ਼ ਖਵਾ ਦੇ ਯਾਰ ਤੂੰ ਵਿਆਹ ਯਾਰ ਜਿੰਦਾਣੀ ਜਿੰਦਾਣੀ ਗਾਇਸ ਦੇਖੋ ਆਪਣਾ ਨਾਮ ਟੈਡ ਲੂ ਖਾਓ ਇਹ ਐ ਨਹੀਂ ਐ ਬਣਾਈਦਾ ਹੁੰਦਾ ਆ ਯਾਰ ਮੈਨੂੰ ਇਦਾਂ ਬਣਾਈਦਾ ਹੁੰਦਾ ਆ ਦੇਖ ਉਹ ਕੈਮਰਾ ਵਾਲੇ ਉਂਗਲੀ ਆ ਗਈ ਇਦਾਂ ਬਣਾਈਦਾ ਹੁੰਦਾ ਆ ਫਿਰ ਤੁਸੀਂ ਉੱਪਰ ਆ ਗਏ ਆ ਗਾਇਸ ਤਾਂ ਵਧਾਈ ਨਹੀਂ ਆਪਾਂ ਤੇ ਨਵੀਂ ਤਾਂ ਬਤਾਉਂਦਾ ਪਿਆ ਉਹਦੇ ਕੋਠੇ ਚੜਿਆ ਹੋਇਆ ਉਹਦੇ ਬਤਾਂਗਾ ਉੱਪਰ ਵੱਧਦਾ ਫਿਰ ਮੇਰੇ ਹਾਲੀ ਪਰੀ ਵਧਾਉਂਦਾ ਪਿਆ ਉਹ ਖੜਾ ਹੋਇਆ ਟੈਂਕੀ ਦਾ ਪਾਣੀ ਇੱਧਰ ਉਹ ਸਾਹਮਣੇ ਬਾਰਗ ਹੋਣੀ ਬੈਠੇ ਆ
हाँ बाकी मौसम देखो कि बदल हो गया फिर तो ना मीह आया ना उधर है अपना दीपक होनी उन्होंने कोठे आज पर सब बाद च मिलने थले थले देखो गाइस जिस घरा पे देखो घरे मैं आ गया थले ये पे थले चलते देखो नमी छोटा पतंग देखो 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 आला है पतंग आला आला फिर उधर दीपक होनी इधर शायद ओ दूजे साडे अमन होनी है उधर ही देखो बानू बैठा देखो बानू ओए दही ओए पतंग दही गाइस इतने बताली गाइस बो करता नमी नहीं देखो वाला दही नमी तो ओए बाकी गाइस इधर देखो पतंग ने बंद की ਆਏ ਮੌਸਮ ਦੇਖਣ ਵਾਲਾ ਹੀ ਆ ਨੀਚੇ ਆ ਗਏ ਹੁਣ ਚੱਲੇ ਆ ਜਾ ਮੈਂ ਥੱਲੇ ਮੈਂ ਆ ਗਿਆ ਪਤੰਗ ਹੈ ਨਹੀਂ ਮੇ ਤੋਂ ਇਹ ਬਲਰ ਹੋ ਗਿਆ ਉਹ ਮੈਂ ਆ ਗਿਆ ਨੀਚੇ ਦੇਖ ਉੱਪਰ ਹੀ ਆ ਗਿਆ ਉਹ ਮੈਂ ਆਣ ਲੱਗਾ ਉੱਪਰ ਹੀ ਆਣ ਲੱਗਾ ਗਾਈਸ ਚਲੋ ਉੱਪਰ ਹੀ ਆ ਦਈ ਓਏ ਪਤੰਗ ਦਈ ਇਹ ਹੁਣ ਦੇਖੇ ਨਵੇਂ ਇੱਥੇ ਆਉਂਗੇ ਜਿਸ ਕਰਨ ਉੱਪਰ ਜਾ ਤੱਕ ਤੁਸੀਂ ਪਤੰਗ ਦੇਖੋ ओ गाइस पतंग आ गया देख मैं तोड़ लेना मैं हूँ जिसकर आऊंगा थोड़ी देर इतने जब तक तुम देखी जा लो हाँ जी जिसकर पहुंच गया कोठे से आ देखो आ गया आ गया आ गया पीछे पै गया वो याद से गया गया मैं भी तो भज गया देख ओ कहंदे कि ते आ गए गई हूं को पतंग नहीं यार मैं तो गट्टू पिया पतंग नहीं कर देते कोई ना लाइए जगह और होगी पबजी डाउन पूरी तरह त्याजी गई दानू बैक मार के दिखा हाँ जी गई नमी दी परी गई बो आ देखो जांदी पई आ दो रंगे ने वड्डी रेड ते ब्लैक वाले ने दो रंगे ने बाकी चलो देखो चलो तुसी ओ बाहर गए होने खड़े आ आ नमी ते देखो के दिखाला ओ की होया आ जसकरण खड़ा है जी ਕੀ ਕਹਿਣਾ ਚਾਹੁੰਦੇ ਤੁਸੀਂ ਦਰਸ਼ਕ ਨੂੰ ਅਸੀਂ ਬਹੁਤ ਕੁਛ ਕਹਾਂਗੇ ਗਾਈਸ ਤੁਸੀਂ 50% ਲੋਕੀ ਦੇਖਦੇ ਆ 50% ਸਾਨੂੰ ਸਬਸਕ੍ਰਾਈਬ ਨਹੀਂ ਕਰਦੇ ਗਾਈ ਚੈਨਲ ਕਰ ਲਓ ਸਬਸਕ੍ਰਾਈਬ ਤੁਹਾਨੂੰ ਕਿਹਾ ਸੀ ਬੈਲ ਆਈਕਨ ਕਰੋ ਆਲ ਤੇ ਪ੍ਰੈਸ ਹਾਂਜੀ ਗਾਈ ਉਹ ਉਧਰ ਤਾਂ ਗਾਈਸ ਆਪਣੇ ਵਧੀਆ ਵਧੀਆ ਵਲੌਗ ਆਉਣੇ ਚਾਲੂ ਹੋ ਜਾਣੇ ਹੈ ਕਿ ਥੋੜਾ ਦਿਨ ਤੇ ਹਾਂਜੀ ਗਾਈ ਹੁਣ ਸਾਡੇ ਪੇਪਰ ਆ ਉਹ ਦੇਖੋ ਗਾਈਸ ਹਾਂ ਗਾਈਸ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਉਹ ਦੇਖੋ ਉਧਰ ਮੁੰਡੇ ਪਤੰਗ ਚਲਾਉਂਦੇ ਪਏ ਆ ਇਹ ਪਰ ਉਧਰ ਘਰ ਪਿਛਲੀ ਗਲੀ ਚ ਛੱਡ ਦੇ ਉਹ ਗਾਈਸ ਉਹ ਪਾਰਕ ਜਾਂਦੇ ਹੁੰਦੇ ਆ ਵੱਡੀ ਪਾਰਕ ਤੁਹਾਨੂੰ ਦਿਖਾਈ ਸੀ ਟੈਂਕੀ ਵਾਲੀ ਜਿੱਥੇ ਆਪਾਂ ਬਣਾਈ ਸੀ ਕੱਲ੍ਹ ਦਾ ਵਲੋਗ ਗਈ ਗਿਆ ਰਹਿਣ ਦੇ ਚੱਲ ਗਿਆ ਛੱਡ ਪਰੇ ਡੋਰ ਚੱਲ ਗਈ ਹੁਣ ਦੇਖੋ ਜ਼ੂਮ ਕਰਕੇ ਦਿਖਾਉਂਦੇ ਹਾਂ ਠੀਕ ਹੈ ਪਰ ਨੀਚੇ ਰੁਕ ਕੇ ਜਾਵਾਂਗੇ ਜਾਂਦੇ ਕਿਉਂਕਿ ਠੰਡੀ ਹਵਾ ਚੱਲਦੀ ਮੌਸਮ ਦੇਖ ਲਓ ਕਿੰਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਆਪਣਾ ਜੀ 6:20 ਹੋ ਗਿਆ ਨਾਲੇ ਆਪਾਂ ਦੇਖ ਲਿਆ ਤੇ ਆਪਣੇ ਪਿੱਛੇ ਜਿਸ ਤਰ੍ਹਾਂ ਤੂੰ ਵੀ ਬਣਾ ਲਿਆ ਕਰ ਵਲੌਗ ਬਣਾਉਣਾ ਨਹੀਂ ਯਾਰ ਪਤਾ ਕੀ ਹੈ ਬੇ ਹੁੰਦਾ ਤਾਂ ਕੀ ਆ ਟਾਈਮ ਹੀ ਨਹੀਂ ਮੇਰੇ ਸਵੇਲੇ ਸ਼ਡਿਊਲ ਟਾਈਮ ਸਹੀ ਹੋ ਨਾ ਤਾਂ ਕਰਕੇ ਮੈਂ ਤਾਂ ਡੇਲੀ ਪਾਵਾਂ ਜਿੱਦੇ ਮਰਜ਼ੀ ਮੈਂ ਪਾਣਾ ਹੀ ਮੈਂ 1 ਨਵੰਬਰ ਤੱਕ ਪਾਣਾ ਹੀ ਆ ਸਪਰਾਈਜ਼ 1 ਨਵੰਬਰ ਵਾਲੇ ਦਿਨ ਹੀ ਆ ਤੇ ਥੋੜ੍ਹੇ ਦਿਨ ਹੋਰ ਵੀ ਆ ਅਕਤੂਬਰ 19 ਅਕਤੂਬਰ ਨੂੰ ਸਪਰਾਈਜ਼ ਤੁਸੀਂ ਦੇਖੀ ਚੱਲਿਓ ਤੁਹਾਨੂੰ ਵਲੌਗ ਦਿਖਾਵਾਂਗੇ ਤੇ ਨਹੀਂ ਦੇਖੋ ਹੁਣ ਨਵੇਂ ਪ੍ਰੋਗਰਾਮ ਦਾ ਗੈਸਟ ਵੀ ਤਾਂ ਸਮਰ ਵਿੱਚ ਆਪਾਂ ਲੋਕ ਆਪਣਾ ਉਹ ਕਰਾ ਕੋਲ ਵਧੀਆ ਤਰ੍ਹਾਂ ਚੰਗੀ ਤਰ੍ਹਾਂ ਹਾਂ ਹਾਂਜੀ ਕਿਉਂਕਿ ਸਾਡੇ ਪੇਪਰ ਵੀ ਤਾਂ ਕਲੀਅਰ ਹੋ ਜਾਣੇ ਸੋਰੇ ਸਾਰੇ ਹਾਂਜੀ ਮੇਰੇ 23 ਤਰੀਕ ਨੂੰ ਪੇਪਰ ਪੂਰੇ ਮੌਕੇ ਆਣੇ ਆ ਤੇ ਹੋਏਗਾ ਇਸ 8 ਤਰੀਕ ਨੂੰ ਹੈ ਸ਼ੁਰੂ ਹੋਣੇ ਆ ਆਪਾਂ ਇਹ ਪੇਪਰ ਦੀ ਵੀ ਤਿਆਰੀ ਕਰਨੀ ਉਹ ਦੇਖ ਤਾਂ ਨਵਾਂ ਵਧਾਣ ਲੱਗਾ ਬੋ ਕਰਾ ਕੇ ਇਹ ਗਾਇਸ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਬੈਲ ਨੂੰ ਬੈਲ ਆਇਕਨ ਕਰ ਲਓ ਆਲ ਤੇ ਪ੍ਰੈਸ ਗਾ ਜੇ ਬੇਇੱਜ਼ਤੀ ਹੈ ਯਾਰ ਮੈਂ ਤਾਂ ਲਾਈਕ ਕਹਿਣਾ ਚਾਹਤੀ ਤੇ ਹੋਰ ਹੀ ਕੁਝ ਬੋਲ ਰਹੇ ਐ ਚੈਨਲ ਕਰ ਲਿਓ ਇੱਕ ਵਾਰ ਸਰ ਕੱਲੀ ਫਿਰ ਮੈਂ ਫੇਕ ਕਹਿੰਦਾ ਪਿਆ ਚੈਨਲ ਦਾ ਡਿਸਕ੍ਰਿਪਸ਼ਨ ਇੰਸਟਾਗ੍ਰਾਮ ਦਾ ਲਿੰਕ ਤੇ ਜਾ ਕੇ ਫੋਲੋ ਹਾਂਜੀ ਗਾਇਸ ਹਾਂਜੀ ਗਾਇਸ ਅਸੀਂ ਟ੍ਰੇਨਿੰਗ ਜਾਏ ਵੀ ਨਹੀਂ ਤੇ ਪਹਿਲੀ ਲੋਕੇਸ਼ਨ ਨਾਲ ਆ ਪੰਦੇ ਤੇ ਹਾਂਜੀ ਗਾਇਸ ਜਿਹੜੇ ਅਮਨ ਅਮਨ ਨੇ ਉਹਨੇ ਗਾਲਾ ਕੱਢ ਲੈ ਕੱਢੀ ਜਾਂਦੇ ਗਾਇਸ ਆਪਣੀ ਇਹਨਾਂ ਨੂੰ ਕੁਝ ਕਹਿੰਦੇ ਨਾ ਅਸੀਂ ਇਸ ਕਹਿਣਾ ਗਾਇਸ ਉਧਰ ਪਿੱਛੇ ਪਤੰਗ ਉਧਰ ਲੱਗ ਗਿਆ ਦੇਖਦਾ ਵੀ ਹੈ ਹਾਂਜੀ ਦੇਖਦਾ ਗਾਇਸ ਦਾ ਪਤੰਗ ਛੁੱਟ ਗਿਆ ਉਹਨਾਂ ਦਾ ਛੁੱਟ ਗਿਆ ਛੁੱਟ ਗਿਆ ਛੁੱਟ ਗਿਆ ਨਹੀਂ ਬਾਤ ਦਾ ਮਜ਼ਾਕ ਕਰਦੇ ਮੈਨੂੰ ਪਤਾ ਹੀ ਹੈ ਪਹਿਲੇ ਗਾਇਸ ਸੜਨ ਲੱਗ ਪਏ ਸਾਡੀ ਚੜਾਈ ਦੇ ਕਹਿੰਦੇ ਇਹ ਹੈ ਗਾਇਸ ਚੜਲੇ ਨਹੀਂ ਹੈਗੇ ਪਹਿਲੀ ਨਾ ਗਾਲਾ ਕੱਢਣਾ ਇਹ ਨਹੀਂ ਕਰਨਾ ਮੈਂ ਆਪਣੀ ਵੀਡੀਓ 'ਚ ਇੱਦਾਂ ਕੁਛ ਨਹੀਂ ਕੰਮ ਕਰਨਾ ਗਾਲਾ ਕੱਢੀ ਜਾਂਦਾ ਪਾਪਾ ਵਿੱਚ ਪਾਉਣਾ ਹੀ ਨਹੀਂ ਇੱਦਾਂ ਦੇ ਬੰਦੇ ਦੂਰ ਰਹੀਦਾ
ਇਹਦੇ ਬੰਦੇ ਆਪਾਂ ਦੂਰ ਰਹੀਦਾ ਵਾ ਗਾਈਸ ਆਪਾਂ ਨਾਲ ਬੁਲਾਉਂਦੇ ਆ ਆਪ ਹੀ ਵਿੱਚ ਆ ਕੇ ਭਾਜੀ ਮੈਨੂੰ ਵੀਡੀਓ 'ਚ ਲੈ ਲਓ ਆਪ ਅੱਗੇ ਦੀ ਹੁਣ ਆਪ ਹੀ ਗੱਲ ਕੇ ਛੱਡੋ ਬਾਈ ਆਪਾਂ ਕਿਤੇ ਜਾਣ ਦਿਓ ਤੁਸੀਂ ਇੰਜੋਏ ਕਰੋ ਲੋਕ ਵਧੀਆ ਬਲੋਗ ਦੇਖੋ ਇਹ ਚੈਨਲ ਕੱਲ੍ਹ ਸਬਸਕ੍ਰਾਈਬ ਸੈਮ ਜ਼ੈਡ ਲੋਕ ਹਾਂਜੀ ਗਾਈ ਆਪਾਂ ਕਵਰ ਖੋਲ੍ਹਤਾ ਫੋਨ ਦਾ ਅਤੇ ਆਹ ਦੇਖੋ ਹੁਣ ਗਾਈ ਬਿਨਾਂ ਕਵਰ ਦੇ ਚੱਲ ਪਈ ਆ ਅਤੇ ਗਾਈ ਹੁਣ ਬਾਈ ਮੈਨੂੰ ਕਲੀਅਰ ਲੱਗਦਾ ਪਿਆ ਕਵਰ ਦੇ ਲਾ ਕੇ ਪਰ ਗਾਈ ਕਵਰ ਜ਼ਰੂਰੀ ਪਾਉਣਾ ਤੁਹਾਨੂੰ ਪਤਾ ਹੀ ਹੈ ਫੋਨ ਵਧੀਆ ਨਹੀਂ ਲੱਗਦਾ ਬਿਨਾਂ ਕਵਰ ਤੋਂ ਅਤੇ ਗਾਈ ਉੱਦਾਂ ਸ਼ਾਈਨਿੰਗ ਮਾਰਨ ਨੂੰ ਠੀਕ ਆ ਹੁੰਦਾ ਅਤੇ ਗਾਈਸ ਆਪਾਂ ਇਹਦਾ ਗਾਰਡ ਪਾਉਣਾ ਹੈ ਤਾਂ ਗਾਈ ਆਪਾਂ ਗਾਰਡ ਨਹੀਂ ਪਾਇਆ ਕਿਉਂਕਿ ਉੱਦਣ ਗਾਈਸ ਮੈਂ ਆਪਣੇ ਪ੍ਰਿੰਟ ਕਢਵਾ ਲਈ ਸਕੂਲ ਦੇ ਗਾਈ ਇੱਧਰ ਦੇਖੋ ਪਤੰਗ ਵੱਧਦੇ ਪਏ ਬਾਰਗੋ ਚਲੇ ਗਏ ਥੱਲੇ ਉਹ ਦੇਖੋ ਉਹ ਕੋਠੇ 'ਤੇ ਕੌਣ ਬੈਠਾ ਤੁਸੀਂ ਦੇਖਿਆ ਆਊਗਾ ਕਿੰਨੀ ਵਾਰ ਮੇਰੇ ਬਲੌਗ 'ਚ ਓਏ ਕੀ ਹੈ ਲੋਏ ਅਤੇ ਇੱਧਰ ਗਾਈਸ ਦੇਖੋ ਰਾਹੁਲ ਗੱਟੂ ਲੈ ਗਿਆ ਪਤੰਗ ਕਿੱਥੇ ਆ ਮੈਂ ਨਹੀਂ ਲੈ ਕੇ ਆਇਆ ਭਾਈ ਮੌਸਮ ਚੈੱਕ ਕਰੋ ਤੁਸੀਂ ਇੱਕ ਵਾਰ ਉਹ ਗਾਈ ਸਭ ਪਾਰਕ ਜਾਂਦੇ ਨੇ ਤੁਹਾਨੂੰ ਤਾਂ ਫੈਸ ਹੀ ਪਿਛਲੇ ਵਲੌਗ ਗਾਈ ਸਭ ਗਾਈ ਕਾਈ ਫੋਟੋ ਕਲਿੱਕ ਕੀਤੀ ਹੈ ਇਹਨਾਂ ਨੇ ਤੇ ਗਾਈ ਆਪਾਂ ਇੰਸਟਾਗ੍ਰਾਮ ਤੇ ਤੁਹਾਨੂੰ ਮਿਲ ਜੂਗੀ ਆ ਬਾਕੀ ਅਸੀਂ ਹੋਰ ਖਿੱਚਦੇ ਪਏ ਆ ਦੇਖ ਚਲੋ ਜੇ ਰੀਲ ਬਣਾਵਾਂਗੇ ਬਸ ਨੈਟ ਤਾਂ ਹੈ ਨਹੀਂ ਕਿਉਂਕਿ ਵਾਈਫਾਈ ਦੀ ਰੇਂਜ ਮੇਰੇ ਘਰ ਤੱਕ ਹੀ ਆਉਂਦੀ ਇਸ ਤੋਂ ਅੱਗੇ ਨਹੀਂ ਆ ਸਕਦੀ ਇਸ ਕਰਕੇ ਆਪਾਂ ਰੀਲ ਨਹੀਂ ਬਣਾਵਾਂਗੇ ਕਿਤੇ ਹੋਰ ਦਿਨ ਬਣਾਵਾਂਗੇ ਜਿੱਦਾਂ ਰਿਚਾਰਜ ਕਰਾ ਲਿਆ ਅਸੀਂ ਫੋਟੋ ਕਰਦੇ ਤੁਹਾਨੂੰ ਇੰਸਟਾਗ੍ਰਾਮ ਤੇ ਮਿਲ ਜੂਗੀ ਜਾ ਕੇ ਫੋਲੋ ਕਰ ਲਿਓ ਠੀਕ ਹੈ ਜੀ ਗਾਈ ਆਪਾਂ ਕੈਮਰੇ ਸੈਟਿੰਗ ਹੁਣ ਬਹੁਤ ਕੀਤੀਆਂ ਗਾਈਸ ਆਪਾਂ ਗਾਈਸ ਐਪਲੀਕੇਸ਼ਨ ਭਰੀ ਆਪਾਂ ਉਹ 'ਚ ਬਲੌਗ ਬਣਾਵਾਂਗੇ ਤੁਸੀਂ ਕਿੱਦਾਂ ਦੇ ਗਾਈਸ ਸੁਣਾਓ ਚੱਲੇ ਥੱਲੇ ਹੁਣੇ ਬਣਾ ਕੇ ਚੱਲਦੇ ਤੁਹਾਨੂੰ ਦਿਖਾਇਓ ਕਿੱਦਾਂ ਦੀ ਕਮੈਂਟ ਯਾਰ ਦੱਸਿਓ ਕਿੱਦਾਂ ਦੀ ਵੀਡੀਓ ਬਣਦੀ ਵਾਲੀ ਐਪਲੀਕੇਸ਼ਨ ਵਧੀਆ ਬਣਦੀ ਸੀ ਉਹ 'ਚ ਹੀ ਬਣਾਇਆ ਕਰਾਂਗੇ ਦੇਖੋ ਫਿਰ ਹਾਂਜੀ ਗਾਈ ਆਪਾਂ ਐਪਲੀਕੇਸ਼ਨ ਵਿੱਚ ਵੀਡੀਓ ਸ਼ੂਟ ਕਰਦੇ ਪਏ ਹਾਂ ਲੋਕ ਆਪਣਾ ਕਮੈਂਟ ਯਾਰ ਦੱਸਿਓ ਕਿੱਦਾਂ ਲੱਗਦਾ ਪਿਆ ਕਲੀਨ ਆਉਂਦਾ ਪਿਆ ਪੂਰਾ ਫੇਸ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਆਪਾਂ ਤਾਂ ਵੀਡੀਓ ਬਣਾਉਂਦੇ ਪਏ ਹਾਂ ਪਿੱਛੇ ਰਾਹੁਲ ਨੂੰ ਨਹੀਂ ਲੱਗੀ ਹੋਈ ਆ ਪਤੰਗ ਵਧਾਉਣ ਹੋਰ ਇਕੱਲਾ ਹੀ ਲੱਗਾ ਹੋਇਆ ਹੁਣ ਤਾਂ ਗਈ ਚਲੇ ਥੱਲੇ ਜਾ ਕੇ ਮਿਲਦੇ ਹਾਂ ਅਸੀਂ ਪਹੁੰਚ ਗਏ ਹਾਂ ਆਹ ਬੈਠੇ ਜਸਕਰਨ ਅਤੇ ਜਸਕਰਨ ਦਾ ਭਰਾ ਆ ਚੁੱਕਿਆ ਸਾਗਰ ਤੁਸੀਂ ਪਿਛਲੇ ਵਲੌਗ ਦੇਖਿਆ ਹੋਊਗਾ ਪਹਿਲੇ ਪਹਿਲੇ ਇਸ ਫੀਲ ਵਾਲੇ ਵਲੌਗ 'ਚ ਵੀ ਦੱਸਿਓ ਹੁਣ ਐਪਲੀਕੇਸ਼ਨ ਫਿਰ ਸ਼ੂਟ ਕਰਦੇ ਮੈਨੂੰ ਲੱਗਦਾ ਐਪਲੀਕੇਸ਼ਨ ਵਧੀਆ ਆਉਂਦੇ ਗ੍ਰਾਫਿਕ ਜੇ ਸਾਫ਼ ਜਾਂਦੇ ਪਏ ਆ ਟਾਈਮ ਵੀ ਦੱਸਦਾ ਪਿਆ ਸਕਰੀਨ 'ਤੇ 6:51 40 ਸੈਕਿੰਡ ਪੂਰਾ ਸਹੀ ਦੱਸਦਾ ਪਿਆ 20 GB ਪਈ ਹੋਈ ਫੋਨ 'ਚ ਐਪਲੀਕੇਸ਼ਨ ਦੂਜੇ ਓਪਨ ਕੈਮਰਾ ਸਾਨੂੰ ਪਲੇ ਸਟੋਰ 'ਤੇ ਮਿਲ ਜੂੰਗੀ ਆਹ ਦੇਖੋ ਬੈਠਾ ਆਪਣਾ ਜਸਕਰਨ ਇਹ ਕਿਸੇ ਨੇ ਆਪਾਂ ਗਾਣਾ ਸ਼ੂਟ ਕਰਨਾ ਦੇਖ ਚਲੋ ਆਉਂਗੇ ਆਉਣ ਵਾਲੇ ਵਲੌਗਾਂ 'ਚ ਕੀ ਕਹਿਣਾ ਚਾਹੁੰਦੇ ਭਾਅ ਜੀ ਤੁਸੀਂ ਛੱਡੋ ਪਰੇ ਜੈ ਕੀ ਦੂ ਕਹਿਣਾ ਜੈ ਕੀ ਨੇ ਕੁਛ ਨਹੀਂ ਜੈ ਨੇ ਚੀਜ਼ੀ ਦੇ ਦੂ ਜਿਸ ਕਰਨ ਆਪਾਂ ਕੋਠਾ ਕੇ ਬੜੀ ਮਸਤੀ ਕੀਤੀ ਤੇ ਬਾਗ ਹੁਣ ਹਾਈ ਵੀ ਪਤੰਗ ਛਕਾਈ ਜਾਂਦੇ ਉਹ ਕੋਠੇ ਦੇ ਯਾਰ ਉਹ ਅਜੇ ਤੱਕ ਰਸਤੇ ਬਾਕੀ ਇੱਧਰ ਵਧੀ ਜਾਂਦੇ ਆ ਉਹ ਕਿੱਥੇ ਗਏ ਮੈਨੂੰ ਐਪਲੀਕੇਸ਼ਨ ਗਾਈ ਦੱਸ ਦੇ ਕਮੈਂਟ ਕਰਕੇ ਕਿੱਦਾਂ ਬਣਾਵਾਂਗੇ ਤੇ ਗਾਈਸ ਇੱਕ ਹੋਰ ਚੀਜ਼ ਆ ਛੱਡੋ ਪਰੇ ਗਾਈਸ ਉਹ ਮੈਂ ਆਪੇ ਦੇਖ ਲੂੰਗਾ ਗਾਈਸ ਆਪਾਂ ਅੱਜ ਗਾਈਸ ਗੁੱਡ ਰਿਵਿਊਜ਼ ਆ ਗਏ ਪਬਜੀ ਅਨਬਨ ਹੋਣ ਲੱਗੀ ਕਹਿੰਦੇ ਸੱਚੀ ਇਹ ਦੇ ਅਨਬਨ ਚਲੋ ਵਧੀਆ ਚਲੋ ਠੀਕ ਹੈ ਜੀ ਤੇ ਗਾਈਸ ਆਪਾਂ ਅੱਜ ਦਾ ਵਲੌਗ ਆ ਦੇ ਇੱਥੇ ਐਂਡ ਚੈਨਲ ਹੋ ਚੈਨਲ ਵਾਲੇ ਸਬਸਕ੍ਰਾਈਬ ਜੇ ਵਲੌਗ ਵਧੀਆ ਲੱਗੇ